ਦੇਖੋ ਬੀਬੀ ਜੀ ਇੱਕ ਪਾਸੇ ਦਾ ਕਲੇਮ ਕਰਦੇ ਆ ਵੀ ਮੈਂ ਅਕਾਲੀ ਹਾਂ, ਮੈਂ ਕੋਈ ਕਿਸੇ ਪਾਸੇ ਜਾਣਾ ਨਹੀਂ, ਅਤੇ ਜਿਹੜੇ ਤੁਸੀਂ ਸਮਰਥਨ ਕਰ ਦਿੰਦੇ ਆ ਫਿਰ ਵਿਚਾਰਧਾਰਾ ਦਾ ਪਤਾ ਲੱਗੇ ਜਾਂਦਾ ਵੀ ਕਿਹੜੀ ਵਿਚਾਰਧਾਰਾ। ਜਲੰਧਰ ਜਿਮਨੀ ਚੋਣਾਂ 'ਚ ਧਾਮੀ ਸਾਹਿਬ ਪ੍ਰਚਾਰ ਕਰਨ ਪਹੁੰਚੇ ਹੋਏ ਨੇ, ਗੱਲਬਾਤ ਕਰਾਂਗੇ ਧਾਮੀ ਸਾਹਿਬ, ਕਿਵੇਂ ਦਾ ਹੁੰਗਾਰਾ ਮਿਲ ਰਿਹਾ? ਹੁੰਗਾਰਾ ਤੁਸੀਂ ਮੇਰਾ ਖਿਆਲ ਮੇਰੇ ਤੋਂ ਵੱਧ ਜਾਣਦੇ ਆ, ਕਿਉਂਕਿ ਪ੍ਰੈਸ ਜਿਹੜੀ ਹੁੰਦੀ ਨਾ ਉਹ ਜਿੱਦਾਂ ਡਾਕਟਰ ਨਬਜ਼ ਦੇਖ ਲੈਂਦਾ ਹੱਥ ਲਾ ਕੇ ਵੀ ਇਹਨੂੰ ਕੀ ਤਾਪ ਆ ਅਤੇ ਇਹਨੂੰ ਕੀ ਦਿਲ ਮਿਹਦੇ 'ਚ ਗਰਮੀ ਪਈ ਆ। ਹੁੰਗਾਰਾ ਵਧੀਆ ਮਿਲ ਰਿਹਾ, ਔਰ ਜਿੰਨੇ ਕੁ ਦਿਨ ਮੈਨੂੰ ਵੀ ਹੋ ਗਿਆ ਚੋਣ ਦੇ ਵਿੱਚ, ਵਰਕਰ ਸਾਹਿਬਾਨ ਵੀ ਆ, ਵਧੀਆ ਹੁੰਗਾਰਾ ਮਿਲ ਰਿਹਾ। ਸਰ ਜਿਵੇਂ ਦੇਖਿਆ ਭਗਵੰਤ ਮਾਨ ਹੋਰੀ ਲਗਾਤਾਰ ਕੋਈ ਮੌਕਾ ਵੀ ਹੋਵੇ ਅਤੇ ਲਗਾਤਾਰ ਤੰਜ ਕੱਸ ਰਹੇ, ਚਾਹੇ ਤੁਹਾਡੇ ਪ੍ਰਚਾਰ ਦੀ ਗੱਲ ਹੋਵੇ ਜਾਂ ਅਕਾਲ ਤਖਤ ਸਾਹਿਬ ਵੱਲੋਂ ਕੋਈ ਬਿਆਨ ਦਿੱਤਾ ਜਾਵੇ, ਤਾਂ ਉਹਦੇ ਬਾਰੇ ਕੀ? ਸ਼੍ਰੀ ਅਕਾਲ ਤਖਤ ਸਾਹਿਬ ਉਹ ਸਿੱਖਾਂ ਦੀ ਪ੍ਰਤੀਨਿਧਤਾ ਕਰਦੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿਸ ਵੇਲੇ ਪੰਜਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸਿਰਜਣਾ ਉਸ ਤਖਤ ਦੀ ਕੀਤੀ, ਉਹਨੂੰ ਸ਼੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਦਾ ਕੇਂਦਰ ਆ, ਸ਼੍ਰੀ ਅਕਾਲ ਤਖਤ ਸਾਹਿਬ ਸਰਪ੍ਰਸਤੀ ਕਰਦੀ ਆ ਸਿੱਖਾਂ ਦੀ, ਕੋਈ ਨੈਸ਼ਨਲ ਮੁੱਦਾ ਹੋਵੇ ਕੋਈ ਰਾਸ਼ਟਰੀ ਮੁੱਦਾ ਸਿੱਖਾਂ ਦਾ ਹੋਵੇ ਉਹਦੀ ਉਹ ਤਰਜਮਾਨੀ ਕਰਦੇ, ਅਤੇ ਉਹਦੀ ਤਾਬਿਆਂ ਦੇ ਵਿੱਚ ਹੀ ਸਾਡੇ ਬਜ਼ੁਰਗ ਜਿਹੜੇ ਸੀ ਬੜੇ ਸਿਆਣੇ ਸੀ, ਕੁਰਬਾਨੀ ਵਾਲੇ ਸੀ, ਜੇਰੇ ਵਾਲੇ ਸੀ, ਬਾਣੀ ਵੱਧ ਪੜ੍ਹਨ ਵਾਲੇ ਸੀ, ਉਹਨਾਂ ਨੇ ਅਕਾਲੀ ਦਲ ਜ਼ਿਲ੍ਹੇ ਸ਼੍ਰੋਮਣੀ ਕਮੇਟੀ ਬਣਾਈ, ਉਹ ਤੋਂ ਬਾਅਦ ਇੱਕ ਮਹੀਨੇ ਬਾਅਦ ਅਕਾਲੀ ਦਲ ਬਣਾਇਆ, ਅਤੇ ਕਈ ਵਾਰੀ ਇਹ ਕਹਿੰਦੇ ਆ ਜੀ ਫਿਰ ਅਕਾਲੀ ਦਲ ਦੀ ਕੀ ਲੋੜ ਸੀ, ਅਕਾਲੀ ਦਲ ਵਲੰਟੀਅਰ ਆ ਅਤੇ ਇਹਨਾਂ ਦੀ ਮਾਂ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਦੋਹਾਂ ਦੀ ਜਥੇਬੰਦੀਆਂ ਦੀ ਸਰਪ੍ਰਸਤੀ ਸ਼੍ਰੀ ਅਕਾਲ ਤਖਤ ਸਾਹਿਬ ਕਰਦੇ ਆ। ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਦੋਹਾਂ ਜਥੇਬੰਦੀਆਂ ਨੂੰ ਸਮੇਂ-ਸਮੇਂ ਸਿਰ ਉਦੇਸ਼ ਵੀ ਦਿੰਦੇ ਆ ਅਤੇ ਸਮੇਂ-ਸਮੇਂ ਸਿਰ ਇਹਨਾਂ ਦੀ ਤਰਜਮਾਨੀ ਵੀ ਕਰਦੇ ਆ। ਸੋ ਮੈਂ ਸਮਝਦਾ ਇਹ ਸਿਧਾਂਤਕ ਤੌਰ ਦੇ ਉੱਤੇ ਜੋ ਗੁਰੂ ਸਾਹਿਬ ਦਾ ਮੀਰੀ ਦੇ ਪੀਰ ਦਾ ਸਿਧਾਂਤ ਆ ਉਹ ਉੱਤੇ ਪਹਿਰਾ ਦੇ ਰਹੇ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਸਾਹਿਬ ਦੇ ਉੱਤੇ ਤੰਜ ਕੱਸਣੇ ਜਿਹੜੇ ਆ ਉਹ ਸ਼ੋਭਾ ਨਹੀਂ ਦਿੰਦੇ, ਗਰੇਜ਼ ਕਰਨਾ ਚਾਹੀਦਾ। ਇੱਕ ਆਖਰੀ ਸਵਾਲ, ਬੀਬੀ ਜਗੀਰ ਕਰੋ ਨੇ ਬੀਜੇਪੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਦੇਖੋ ਬੀਬੀ ਜੀ ਇੱਕ ਪਾਸੇ ਦਾ ਕਲੇਮ ਕਰਦੇ ਆ ਵੀ ਮੈਂ ਅਕਾਲੀ ਹਾਂ, ਮੈਂ ਕੋਈ ਕਿਸੇ ਪਾਸੇ ਜਾਣਾ ਨਹੀਂ, ਅਤੇ ਜਿਹੜੇ ਤੁਸੀਂ ਸਮਰਥਨ ਕਰ ਦਿੰਦੇ ਆ ਫਿਰ ਵਿਚਾਰਧਾਰਾ ਦਾ ਪਤਾ ਲੱਗੇ ਜਾਂਦਾ ਵੀ ਕਿਹੜੀ ਵਿਚਾਰਧਾਰਾ। ਧਾਮੀ ਸਾਹਿਬ, ਸੋ ਇਸ ਸਨ ਸਾਡੇ ਨਾਲ ਧਾਮੀ ਸਾਹਿਬ ਐਸ ਜੀ ਪੀ ਸੀ ਪ੍ਰਧਾਨ, ਜਿਨ੍ਹਾਂ ਨੇ ਭਗਵੰਤ ਮਾਨ ਹੋਰਾਂ ਨੂੰ ਜਵਾਬ ਦਿੱਤਾ ਹੈ ਕਿਵੇਂ ਉਹਨਾਂ ਵੱਲੋਂ ਕਿਹਾ ਗਿਆ ਕਿ ਐਸ ਜੀ ਪੀ ਸੀ ਦੇ ਪ੍ਰਧਾਨ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਅਤੇ ਉਹ ਆਪਣੀ ਪਰਸਨਲ ਜਾਂ ਕਹਿ ਸਕਦੇ ਹਾਂ ਕਿ ਇੱਕ ਪਾਰਟੀ ਦੇ ਲਈ ਉਹ ਪ੍ਰਚਾਰ ਕਰ ਰਹੇ ਨੇ।